ਪਈ ਕਮੀ ਕੰਮ ਦਾ ਨਾਂ ਏ ਜ਼ਾਤ ਕੋਈ ਨਹੀਂ ਆਪਨੋ ਆਪਣੇ ਕੰਮ ਦੇ ਨੇ ਸਭ ਕਮੀ ਤੇਰਾ ਮੈਂ ਕਮੀ ਮੇਰਾ ਤੂੰ ਕਮੀ ਘਟਣ ਚੌਧਰੀਆਂ ਦੇ ਇਥੇ ਪੱਬ ਕਮੀ ਤੇ ਜਿਹੜਾ ਸਭ ਦੇ ਕੰਮ ਸਵਾਰਦਾ ਏ ਸਭ ਤੋਂ ਵੱਡਾ ਤੇ ਵੇ ਫਿਰ ਰੱਬ ਕਮੀ ਕੋਈ ਸ਼ੱਦਾ ਮੱਦਾ ਤੇ ਜ਼ੇਰਾ ਜ਼ਵਰਾ ਸ਼ਾਨ ਤੇਰੀ ਵਿੱਚ ਆਈਆਂ ਬੇਖਬਰਾਂ ਨੂੰ ਖਬਰ ਨਾ ਕਾਈ ਖਾਸਾਂ ਰਮਜ਼ਾਂ ਪਾਈਆਂ ਯਾਰੇ ਵੇਖਣ ਵਾਲਿਓ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਚੜਤਲ ਤੇ ਵਧਾਵੇ ਲਈ ਸ਼ੁਰੂ ਕੀਤੇ ਜਾਣ ਵਾਲੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਹਾਈਆਂ ਤੋਂ ਸੱਤ ਬਿਸਮਿਲਾ ਤੇ ਜੀ ਆਇਆਂ ਨੂੰ ਆਖਨੇ ਆ ਸਾਹਿਬੋ ਸਾਡੀ ਇਹ ਬੇਨਤੀ ਹੈ ਵੀ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਨਾ ਲੱਗਾ ਹੋਇਆ ਬੈਲ ਦਾ ਬਟਨ ਜ਼ਰੂਰ ਦਬਾਇਆ ਜੇ ਪਿਆਰਿਓ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਬਰਾਹ ਕਰਮ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਜਵਾਇਆ ਕਰੋ ਕਿਉਂ ਜੇ ਤੁਹਾਡੇ ਕਮੈਂਟਸ ਇੱਕ ਤੇ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ ਦੂਜਾ ਅਸੀਂ ਤੁਹਾਡੇ ਕਮੈਂਟਸ ਦੇ ਚਾਨ ਨੇ ਆਪਣੀ ਗੁਫ਼ਤਗੂ ਨੂੰ ਆਪਣੀ ਗੱਲਬਾਤ ਨੂੰ ਆਪਣੇ ਬਲੌਗਸ ਨੂੰ ਮਜ਼ੀਦ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਨੇ ਆ ਪਿਆਰਿਓ ਰਬੀਉਲ ਅਵਲ ਸ਼ਰੀਫ ਦਾ ਮਹੀਨਾ ਹੈ ਤੇ ਅੱਜ ਫੇਰ ਦਿਲ ਪਿਆ ਕਰਦਾ ਹੈ ਭਈ ਤੁਹਾਡੇ ਨਾਲ ਮੁਹਸਨ ਇਨਸਾਨੀਅਤ ਸਰਵਰ ਕੋਨੈਨ ਆਪਣੇ ਪਿਆਰੇ ਨਬੀਏ ਆਖਰੁ ਜ਼ਮਾਨ ਖਾਤਮੁਨ ਨਬੀਯਿਨ حضرت محمد مصطفی صلی اللہ علیہ والہ و اصحابہ و, و ازواجھی وبرک وسلم اپنی سچی سرکار دیاں کچھ میٹھڑیاں تے من ٹھار گلاں کریے پیاریو اج میں اپ جی سرکار دی حیاتی دے جڑے پکھ دے اوتے گل کرنی چاہنا ਉਹ ਆਪ ਦੀ ਸਰਵਰੀ ਆਪ ਦੀ ਸਰਦਾਰੀ ਵਾਲਾ ਪੱਖ ਹੈ ਪਿਆਰਿਓ ਪਿਆਰੇ ਨਬੀ پاک ਅਜੇ ਹੁਕਮਰਾਨ ਸਨ ਅਜੇ ਸਰਦਾਰ ਸਨ ਆਪਣੀ ਉਮਤ ਦੇ ਅਜੇ ਪੈਗੰਬਰ ਤੇ ਨਬੀ ਸਨ ਅਜੇ ਮਰਸਲ ਸਨ ਜਿਹੜੇ ਕਾਇ ਨਾਤਾਂ ਦੇ ਤੇ ਹਾਕਮ ਹੈ ਹੀ ਸਨ ਲੇਕਿਨ ਲੁਕਾਈ ਦੇ ਆਪਣੇ ਮੰਨਨ ਵਾਲਿਆਂ ਦੇ ਦਿਲਾਂ ਦੇ ਉੱਤੇ ਵੀ ਹੁਕਮਰਾਨੀ ਕਰਦੇ ਸਨ ਅੱਜ ਕੱਲ ਦੇ ਹੁਕਮਰਾਨਾਂ ਦੇ ਨਾਲ ਸੱਚੀ ਸਰਕਾਰ ਦਾ ਕੰਪੈਰੀਜ਼ਨ ਕਰਨਾ ਹੀ ਫਜ਼ੂਲ ਹੈ ਔਰ ਗੁਸਤਾਖੀ ਹੈ ਅਸਤਗਫਰੁਲਾ ਕਿੱਥੇ ਸ਼ਾਨ ਤੇਰੀ ਕਿੱਥੇ ਮੈਂ ਕਮਲੀ ਵਾਲੀ ਗੱਲ ਹੈ ਪਿਆਰਿਓ ਸਾਡੇ ਅੱਜਕੱਲ ਦੇ ਹੁਕਮਰਾਨ ਜਿਹੜੇ ਨੇ ਇਨ ਦੀ ਤੁਸੀਂ ਸ਼ਾਨੋ ਸ਼ੌਕਤ ਇਨਾਂ ਦੀ ਤਮਕਨਤ ਤੇ ਵਜਾਹਤ ਇਨਾਂ ਦੇ ਨਸ਼ਿਸਤੋ ਬਰਖਾਸਤ ਇਨਾਂ ਦੀ ਆਮਦੋ ਰਫਤ ਇਨਾਂ ਦੇ ਪ੍ਰੋਟੋਕੋਲਸ ਤੇ ਇਨਾਂ ਦੀਆਂ ਤੁਸੀਂ ਇਹ ਸ਼ਾਨਦਾਰ ਹਾਇਤੀਆਂ ਵੱਲ ਝਾਤੀ ਪਾਓ ਨਾ ਤੇ ਉਧਰੋਂ ਦੂਜੇ ਪਾਸੇ ਮੌਲਾਏ ਕਾਇਨਾਤ ਸਰਵਰੇ ਕੋਨੈਨ ਦੂ ਜਹਾਨਾਂ ਦੇ ਸਰਦਾਰ ਤੇ ਵਲੀ ਪਿਆਰੇ ਨਬੀ پاک ਸੱਚੇ ਸਾਹਿਬ ਦੀ ਸੱਚੀ ਤੇ ਸੁੱਚੀ ਤੇ ਪਾਕੀਜ਼ਾ ਤੇ ਪਵਿੱਤਰ ਹਿਆਤੀ ਵਾਲ ਚਾਤੀ ਪਾਈਏ ਤੇ ਕੋਈ ਕੰਪੈਰੀਜ਼ਨ ਹੀ ਨਹੀਂ ਇੱਥੇ ਤੁਸੀਂ ਵੇਖੋ ਕਿ ਉਹੋ ਹੀ ਲੋਕ ਜਿਹੜੇ ਸਾਡੇ ਵਿੱਚ ਹੀ ਫਿਰ ਰਹੇ ਹੁੰਦੇ ਨੇ ਸਾਡਿਆਂ ਘਰਾਂ ਦੇ ਵਿੱਚ ਆ ਕੇ ਗਲੀ ਗਲੀ ਫਿਰ ਕੇ ਮੱਲਾ ਮੱਲਾ ਜਾ ਕੇ ਸਾਡਿਆਂ ਬੂਹਿਆਂ ਤੇ ਆ ਕੇ ਵੋਟਾਂ ਦੀ ਖੈਰਾਤ ਮੰਗਦੇ ਨੇ ਤੇ ਜਦੋਂ ਉਹਨਾਂ ਨੂੰ ਅਸੀਂ ਵੋਟ ਪਾ ਦਿੰਨੇ ਆ ਤੇ ਸਾਡੇ ਵੋਟਾਂ ਦੀ ਖੈਰਾਤ ਲੈ ਕੇ ਤੇ ਅਸੈਂਬਲੀਆਂ ਦੇ ਵਿੱਚ ਜਾ ਕੇ ਬਹਿ ਜਾਂਦੇ ਨੇ ਆਪਣੀ ਔਕਾਤ ਭੁੱਲ ਜਾਂਦੇ ਨੇ ਪਿਆਰਿਓ ਸਾਡੇ ਇਸ ਸ਼ਹਿਰ ਗੁਜਰਾਂਵਾਲਾ ਦੇ ਮੈਂ ਕੁਝ ਅਜੇ ਮੈਂਬਰਾਂ ਨੇ ਅਸੈਂਬਲੀ ਵੀ ਜਾਣਨਾ ਜਿਹੜੇ ਜਦੋਂ ਪਹਿਲੀ ਵਾਰੀ ਸਿਆਸਤ ਵਿੱਚ ਆਏ ਜਾਂ ਕਾਉਂਸਲਰ ਬਣੇ ਜਾਂ ਜ਼ਿਲ੍ਹਾ ਕਾਉਂਸਲ ਦੇ ਮੈਂਬਰ ਬਣੇ ਜਾਂ ਐਮਪੀਏ ਬਣੇ ਲੋਕਾਂ ਵੋਟਾਂ ਦੀ ਖਰਾਤ ਦਿੱਤੀ ਆਪਣਾ ਲੀਡਰ ਬਣਾ ਲਿਆ ਉਸ ਵੇਲੇ ਉਹਨਾਂ ਦੀ ਕੀ ਔਕਾਤ ਸੀ ਉਹਨਾਂ ਦੀ مالی ਹਸਿਆਤ ਕੀ ਸੀ ਸਾਰੇ ਮੁਲਕ ਨੂੰ ਪਤਾ ਔਰ ਅੱਜ ਉਹਨਾਂ ਦਾ مالی ਹਵਾਲੇ ਦੇ ਨਾਲ ਕੀ ਮਰਤਬਾ ਮਕਾਮ ਤੇ ਮਨਸਬ ਹੈ ਇਹ ਵੀ ਲੋਕੀ ਜਾਣਦੇ ਨੇ ਪਿਆਰਿਓ ਜਿਹੜੇ ਸੁਬਾ ਸ਼ਾਮ ਮਿਹਨਤਾਂ ਕਰਦੇ ਨੇ ਉਹ ਉੱਥੇ ਦੇ ਉੱਥੇ ਹੀ ਖਲੋਤੇ ਤੇ ਜਿਹੜੇ ਵੋਟਾਂ ਦੀ ਖੈਰ ਲੈ ਕੇ ਮੰਗਵਿਆ ਵੋਟਾਂ ਦੇ ਨਾਲ एमपी एमने बन ਜਾਂਦੇ ਨੇ ਮੈਂਬਰਾਨ ਐ ਅਸੈਂਬਲੀ ਬਣ ਜਾਂਦੇ ਨੇ ਉਹਨਾਂ ਦੀ ਹਾਲਤ ਬਿਲ ਖਸੂਸ مالی ਹਾਲਤ ਜਿਸ ਸਪੀਡ ਦੇ ਨਾਲ ਬਦਲਦੀ ਹੈ ਜਿਸ ਤੇਜ਼ੀ ਦੇ ਨਾਲ ਉਹਨਾਂ ਦੀ ਔਕਾਤ ਬਦਲ ਜਾਂਦੀ ਹੈ ਉਹਨਾਂ ਦੀ مالی ਹਸિયਤ ਬਦਲ ਜਾਂਦੀ ਹੈ ਗਰੀਬ ਆਦਮੀ ਵੇਖ ਕੇ پاਗਲ ਹੀ ਹੋ ਜਾਂਦਾ ਹੈ مزید ਕੰਪਲੈਕਸ ਦਾ ਸ਼ਿਕਾਰ ਹੋ ਜਾਂਦਾ ਹੈ ਉਹ ਉਹ ਵਿਚਾਰਾ ਇਹ ਹੀ ਸੋਚਦਾ ਰਹਿੰਦਾ ਹੈ ਕਿ ਯਾ ਅੱਲਾ ਉਹ ਕਿਹੜਾ ਤਰੀਕਾ ਹੈ ਘਾਰ ਹੈ ਜਿੰਨੂੰ ਇਖਤਿਆਰ ਕਰਕੇ ਇਹ ਅਸਮਾਨਾਂ ਤੇ ਜਾ ਪੁੱਜਿਆ ਦੁਨੀਆਵੀ ਹਵਾਲੇ ਨਾਲ ਤੇ ਮੈਂ ਉੱਥੇ ਹੀ ਕਸਮ ਪੁਰਸੀ ਦੀ ਹਾਲਤ ਜੇ ਖਸਤਾ ਹਾਲੀ ਦੇ ਵਿੱਚ ਫਾਕਾ ਕਸ਼ੀ ਦੇ ਵਿੱਚ ਹੀ ਅੱਜ ਵੀ ਜਿੰਨਾ ਗਰੀਬ ਆਦਮੀ ਵਾਸਤੇ ਇਹ ਗੱਲ ਬੜੀ ਮੁਕੱਲਫਾਨਾ ਹੁੰਦੀ ਹੈ ਬੜੀ ਸੁਹਾਣੇ ਰੂਹ ਹੁੰਦੀ ਹੈ ਪਿਆਰੇ ਨਬੀ پاک ਅੱਲਾਹ ਪਾਕ ਸੱਚੇ ਸਾਹਿਬ ਨੇ ਕੋਨਾਂਨ ਦੀ ਸਰਦਾਰੀ ਉਹਨਾਂ ਨੂੰ عطا ਕੀਤੀ ਹੋਈ ਸੀ ਤੇ ਪਿਆਰੇ ਨਬੀ پاک ਦੁਆ ਕੀ ਮੰਗਦੇ ਹੁੰਦੇ ਹਨ ਭਈ ਅੱਲਾਹ ਪਾਕ ਜੀ ਮੈਨੂੰ ਮਸਕੀਨੀ ਪਸੰਦ ਹੈ ਮੈਨੂੰ ਮਸਕੀਨ ਹੀ ਰੱਖਣਾ ਕਦੀ ਆਪ ਸਰਕਾਰ ਨੇ ਇਹ ਨਹੀਂ ਅੱਲਾਹ ਪਾਕ ਸੱਚੇ ਸਾਹਿਬ ਅੱਗੇ ਦੁਆ ਮੰਗੀ ਕਿ ਮੈਨੂੰ ਮਤਮਵਲ ਬਣਾ ਦੇਓ ਮੈਨੂੰ ਸਾਰੀ ਦੁਨੀਆ ਦੀਆਂ ਦੌਲਤਾਂ ਅੱਲਾਹ ਪਾਕ ਭੇਜੀਆਂ ਵੀ ਆਪਦੇ ਕਦਮਾਂ 'ਚ ਢੇਰ ਵੀ ਲੱਗੇ ਸੋਨਿਆਂ ਚਾਂਦੀਆਂ ਦੇ ਆਪ ਸਰਕਾਰ ਨੇ ਵੰਡ ਦਿੱਤੇ ਅੱਲਾਹ ਪਾਕ ਦੇ ਬੰਦਿਆਂ ਨੂੰ ਦੇ ਦਿੱਤਾ ਆਪਣੇ ਕੋਲ ਸਰਕਾਰ ਕੁਝ ਰੱਖਦਾ ਹੀ ਨਹੀਂ ਸੰਨ ਹੁੰਦੇ ਪਿਆਰਿਓ حضرت ਅਨਸ ਰਜ਼ੀ ਅੱਲਾਹ ਤਾਲਾ ਅਨਹੋ ਰਵਾਇਤ ਕਰਦੇ ਨੇ ਵੀ ਨਬੀ ਪਾਕ ਸੱਚੇ ਸਾਹਿਬ ਦੁਆ ਕਰਦੇ ਸਨ ਅੱਲਾ ਪਾਕ ਜੀ ਮੈਨੂੰ ਮਸਕੀਨ ਹੀ ਰੱਖਣਾ ਤੇ ਅੱਲਾ ਪਾਕ ਸੱਚੇ ਸਾਹਿਬ ਜਦੋਂ ਮੇਰਾ ਵਿਸਾਲ ਹੋਵੇ ਉਦੋਂ ਵੀ ਮੈਂ ਹਾਲਤੇ ਮਸਕੀਨੀ ਦੇ ਵਿੱਚ ਹੋਵਾਂ ਜਦੋਂ ਬੁਲਾਵਾ ਆਵੇ ਤੁਹਾਡਾ ਇਸ ਦੁਨੀਆ ਤੋਂ ਮੈਂ ਪਰਦਾ ਕਰਾਂ ਤੇ ਉਦੋਂ ਵੀ ਮੇਰੇ ਅੱਲਾ ਪਾਕ ਜੀ ਮੇਰੇ ਤੇ ਹਾਲਤ ਮਸਕੀਨੀ ਵਾਲੀ ਹੋਵੇ ਤੇ ਇਹ ਵੀ ਅੱਲਾ ਪਾਕ ਦੇ ਹਜ਼ੂਰ ਅਰਜ਼ ਫਰਮਾਉਂਦੇ ਹੁੰਦੇ ਸਨ ਪਿਆਰੇ ਨਬੀ ਪਾਕ ਸੱਚੀ ਸਰਕਾਰ ਭਈ ਕਿਆਮਤ ਵਾਲੇ ਦਿਨ ਵੀ ਮੇਰਾ شمار ਮਸਾਕੀਨ ਦੇ ਵਿੱਚ ਹੋਵੇ ਇੱਕ ਦਿਹਾੜੇ ਪਿਆਰੇ ਨਬੀ ਪਾਕ حضرت ਆਇਸ਼ਾ ਪਾਕ ਨੂੰ ਇਹ ਫਰਮਾਇਆ ਕਿ ਆਇਸ਼ਾ ਦੌਲਤ ਮੰਦਾ ਨਾਲੋਂ 40 ਵਰੇ ਪਹਿਲੇ 40 ਸਾਲ ਪਹਿਲੇ ਹੀ ਮਸਕੀਨ ਜੰਨਤ ਦੇ ਵਿੱਚ ਦਾਖਲ ਹੋ ਜਾਣਗੇ ਪਿਆਰੇ ਆਕਾ ਨੇ ਬੀਬੀ ਪਾਕ حضرت ਆਇਸ਼ਾ ਰਜ਼ੀ ਅੱਲਾਹੁ ਤਾਲਾ ਅਨਹਾ ਨੂੰ ਇਹ ਹਦਾਇਤ ਕੀਤੀ ਕਿਸੇ ਮਸਕੀਨ ਨੂੰ ਬੂਏ ਤੋਂ ਖਾਲੀ ਨਾ ਪਰਤਾਇਆ ਕਰੋ ਭਾਵੇਂ ਨਿਸਫ ਖਜੂਰ ਯਾਨੀ ਅੱਧੀ ਖਜੂਰ ਹੀ ਉਹਨੂੰ ਦਿਓ ਇਹ ਲਾਜ਼ਮੀ ਦਿਓ ਕਿਸੇ ਨੂੰ ਖਾਲੀ ਤੇ ਨਾ ਮੁਰਾਦ ਰਹਿਮਤੁਲ ਇਲਾਲਮੀਨ ਦੇ ਬੂਏ ਤੋਂ ਨਹੀਂ ਪਰਤਾਉਣਾ ਚਾਹੀਦਾ ਆਪ ਸੱਚੇ ਸਾਹਿਬ ਦੀ ਤਾਕੀਦ ਸੀ ਪਿਆਰਿਓ ਨਬੀ ਪਾਕ ਸੱਚੇ ਸਾਹਿਬ ਨੇ حضرت ਆਇਸ਼ਾ ਪਾਕ ਨੂੰ ਇਹ ਵੀ ਫਰਮਾਇਆ ਭਈ ਆਇਸ਼ਾ ਮਸਾਕੀਨ ਨੂੰ ਨੇੜੇ ਕਰਿਆ ਕਰੋ ਕਿਆਮਤ ਵਾਲੇ ਦਿਨ ਅੱਲਾਹ ਪਾਕ ਸੱਚਾ ਸਾਈ ਤੁਹਾਨੂੰ ਆਪਣੇ ਨਜ਼ਦੀਕ ਕਰੇਗਾ ਮਸਾਕੀਨ ਤੇ ਕਰਮ ਕਰਨ ਵਾਲਿਆਂ ਦੀ ਇਹ ਸ਼ਾਨ ਹੋਏਗੀ ਕਿਆਮਤ ਨੂੰ ਮਾੜਿਆਂ ਦੁਬੜਿਆਂ ਤੇ ਉੱਤੇ ਰਹਿਮ ਕਰਨ ਵਾਲਿਆਂ ਦੀ ਕਿ ਅੱਲਾਹ ਪਾਕ ਦੇਵ ਮੁਕਰਬीन ਹੋ ਜਾਣਗੇ ਪਿਆਰਿਓ ਸਾਡੇ ਅੱਜ ਕੱਲ ਦੇ ਹੁਕਮਰਾਨ ਤੁਸੀਂ ਦੇਖੋ ਕਿਸੇ ਮਾੜੇ ਮਸਕੀਨ ਨਾਲ ਸਲਾਮ ਲੈ ਕੇ ਰਾਜ਼ੀ ਨਹੀਂ ਹੁੰਦੇ ਇਹਨਾਂ ਦੇ ਪ੍ਰੋਟੋਕੋਲ ਵੇਖੋ ਇਹਨਾਂ ਦੇ ਗਨਮੈਨ ਵੇਖੋ ਇਹ ਜਿਸ ਵੇਲੇ ਟੁਰਦੇ ਨੇ ਤੇ ਕਿਸ ਤਰ੍ਹਾਂ ਅਸਲੇ ਚੁੱਕ ਕੇ ਲੋਕੀ ਇਹਨਾਂ ਦੇ ਨਾਲ ਅਸਲਾ ਬਰਦਾਰ ਟੁਰਦੇ ਨੇ ਹਾਲਾਂਕਿ ਕੀ ਇਹਨਾਂ ਦੀ ਹਸિયਤ ਹੈ ਆਪਣੇ ਮੁਹੱਲੇ ਯਾ ਆਪਣੇ ਹਲਕੇ ਤੋਂ ਬਾਹਰ ਕੀ ਇਹਨਾਂ ਦਾ ਇਕਤਦਾਰ ਹੈ ਕੀ ਇਹਨਾਂ ਦਾ ਇਖਤਿਆਰ ਹੈ ਪਿਆਰਿਓ ਕਾਇਨਾਤਾਂ ਦੇ ਵਾਰਿਸ ਪਿਆਰੇ ਨਬੀ پاک ਇਸ ਕਦਰ ਆਜਿਜ਼ ਇਸ ਕਦਰ ਤਵਾਜ਼ੁ ਇਖਤਿਆਰ ਕਰਕੇ ਸਾਰੀ ਹਾਇਤੀ ਗੁਜ਼ਾਰੀ ਆਪ ਸੱਚੇ ਸਾਹਿਬ ਨੇ ਇੱਕ ਹੋਰ ਬੜਈ ਪਿਆਰਾ ਬੜਾ ਮਨ ਠਾਰ ਵਾਕਿਆ ਮੈਂ ਤੁਹਾਨੂੰ ਸੁਣਾਣਾ ਪਿਆਰੇ ਨਬੀ پاک ਇਕ ਮਜਲਿਸ ਦੇ ਵਿੱਚ ਤਸ਼ਰੀਫ ਫਰਮਾ ਸਨ ਕੁਝ ਅਸਹਾਬ ਵੀ ਕੋਲ ਤਸ਼ਰੀਫ ਰੱਖਦੇ ਸਨ ਇੱਕ ਸਾਹਿਬ ਦਾ ਉੱਥੋਂ ਗੁਜ਼ਰ ਹੋਇਆ ਪਿਆਰੇ ਨਬੀ ਪਾਕ ਨੇ ਆਪਣੇ ਅਸਹਾਬ ਨੂੰ ਪੁੱਛਿਆ ਕਿ ਇਹ ਸ਼ਖਸ ਕੌਣ ਹੈ ਇੱਕ ਸੋਹਾਬੀ ਬੋਲੇ ਉਹਨਾਂ ਪਰਤਾਵਾ ਦਿੱਤਾ ਕਿ ਮੇਰੇ ਆਕਾ ਇਹ ਉਮਾਰਾਤ ਰੌਸਾਦ ਵਿੱਚੋਂ ਹੈ ਬਹੁਤ ਸਾਹਿਬੇ ਸਰਵਤ ਹੈ ਇਹ ਅਜਿਹੇ ਸ਼ਖਸ ਹੈ ਕਿ ਇਹ ਅਗਰ ਕੋਈ ਰਿਸ਼ਤਾ ਮੰਗੇ ਕਿਸੇ ਕੋਲੋਂ ਰਿਸ਼ਤੇਦਾਰੀ ਕਿਤੇ ਕਰਨੀ ਚਾਹੇ ਤੇ ਇਹਨੂੰ ਇਨਕਾਰ ਨਾ ਕੀਤਾ ਜਾਏ ਔਰ ਇਹ ਐਸਾ ਸਾਹਿਬ ਜ ਆ ਐ ਸਾਹਿਬ ਮਰਤਬਾ ਹੈ ਕਿ ਇਹ ਜੇ ਕੋਈ ਸਫਾਰਿਸ਼ ਕਰੇ ਤੇ ਇਹਦੀ ਸਫਾਰਿਸ਼ ਰੱਦ ਨਾ ਕੀਤੀ ਜਾਏ ਆਪ ਸੱਚੀ ਸਰਕਾਰ ਨੇ ਗੱਲ ਸੁਣ ਕੇ ਖਾਮੋਸ਼ੀ ਇਖਤਿਆਰ ਕਰ ਲਈ ਪਿਆਰਿਓ ਕੁ ਝਟਕੂ ਧੇਰ ਬਾਅਦ ਇੱਕ ਹੋਰ ਬੰਦਾ ਉਥੋਂ ਹੀ ਗੁਜ਼ਰਿਆ ਜਿੱਥੇ ਆਪ ਸੱਚੀ ਸਰਕਾਰ ਮਜਲਿਸ ਆ ਰਾਸਤਾ ਕਰਕੇ تشریف فرما سن ਆਪ ਸੱਚੀ ਸਰਕਾਰ ਨੇ ਉਹਦੇ ਬਾਰੇ ਵੀ ਪੁੱਛਿਆ ਆਪਣੇ ਸਹਾਬ ਨੂੰ ਕਿ ਇਹ ਸ਼ਖਸ ਕੌਣ ਹੈ ਜਿਹੜਾ ਹੁਣ ਲੰਘਿਆ ਤੇ ਸਹਾਬੀ ਇੱਕ ਗੋਇਆ ਹੋਏ ਉਹ ਬੋਲੇ ਉਹਨਾਂ ਜਵਾਬ ਦਿੱਤਾ ਕਿ ਮੇਰੀ ਸਰਕਾਰ ਇਹ ਮਹਾਜਰੀਨ ਦੇ ਵਿੱਚੋਂ ਇੱਕ ਮਫਲੂਕੁਲ ਹਾਲ ਗਰੀਬ ਮਸਕੀਨ ਜਿਹਾ ਸ਼ਖਸ ਹੈ ਇਹ ਤੇ ਐਡਾ ਮਾੜੇ ਹਾਲ ਦਾ ਬੰਦਾ ਹੈ ਭਈ ਜੇ ਇਹ ਕਿਤੇ ਰਿਸ਼ਤੇਦਾਰੀ ਕਰਨੀ ਚਾਹੇ ਜਾਂ ਕਿਸੇ ਤੋਂ ਰਿਸ਼ਤਾ ਮੰਗੇ ਤੇ ਇਹਨੂੰ صاف انکار ਕਰ ਦਿੱਤਾ جائے ਜੇ ਕਿਸੇ ਗੱਲ ਦੀ ਸਫਾਰਿਸ਼ ਕਰੇ ਤੇ ਕੋਈ ਇਹ ਮਹਈਅਤ ਨਾ ਦਿੱਤੀ ਜਾਏ ਯਾਨੀ ਦੁਨੀਆਵੀ ਹਵਾਲੇ ਦੇ ਨਾਲ ਉਹ ਜਿਹੜਾ ਪਹਿਲਾ ਸ਼ਖਸ ਗੁਜ਼ਰਿਆ ਸੀ ਉਹਦੇ ਨਾਲ ਉਹ ਇੰਤਹਾਈ ਕਮਤਾਰ ਰੇ ਨਾ ਕੋਈ ਮਾਲ ਮਤਾ ਹੈ ਇਹਦੇ ਕੋਲ ਨਾ ਕੋਈ ਉਂਝ ਇਖਤਿਆਰ ਹੈ ਨਾ ਕੋਈ ਇਹਦੇ ਕੋਲ ਐਸੀ ਗੱਲ ਹੈ ਕਿ ਜਿੱਦੇ ਤੇ ਇਮਾਨ ਕਰ ਸਕੇ ਨਮਾਨਾ ਤੇ ਪਿਆਰੇ ਨਬੀ ਪਾਕ ਜਿਹੜੇ ਅਸਹਾਬ ਬੈਠੇ ਸਨ ਉਹਨਾਂ ਨੂੰ ਫਰਮਾਇਆ ਕਿ ਅੱਲਾਹ ਪਾਕ ਸੱਚੇ ਸਾਹਬ ਦੀ ਸਾਰੀ ਦੁਨੀਆ ਉਸ ਪਹਿਲੇ ਰਾਹ ਗੁਜ਼ਰ ਜਿਹੜਾ ਗੁਜ਼ਰਿਆ ਸੀ ਨਾ ਉਹ ਜੇ ਮਰਤਬੇ ਮਾਲੋ ਦੌਲਤ ਵਾਲੇ ਮਤਮਵਲ ਹਜ਼ਰਤ ਦੇ ਨਾਲ ਅੱਲਾਹ ਪਾਕ ਦੀ ਸਾਰੀ ਦੁਨੀਆ ਭਰ ਜਾਏ ਤੇ ਫੇਰ ਵੀ ਉਹਨਾਂ ਸਾਰਿਆਂ ਨਾਲੋਂ ਐ ਇੱਕ ਗਰੀਬ ਜਿਹੜਾ ਪਛੋਕਰ ਜਿਹੜਾ ਪਿੱਛੋਂ ਨੰਗੇ ਆ ਜਿਹੜਾ ਮਾੜਾ ਹੈ ਜਿਹੜਾ ਮਫਲੂਕੁਲ ਹਾਲ ਹੈ ਜਿਹੜਾ ਫਾਕਿਆਂ ਦਾ ਮਾਰਿਆ ਆ ਇਹ ਬਿਹਤਰ ਹੈ ਇਹ ਅਫਜ਼ਲ ਹੈ ਯਾਨੀ ਦੇਖੋ ਪਿਆਰਿਓ ਕਿਸੇ ਦਾ ਲਬਾਸ ਵੇਖ ਕੇ ਤਰਾਸ਼ ਖਰਾਸ਼ ਵੇਖ ਕੇ ਕਿਸੇ ਦੇ ਮਾਲ ਉਹ ਦੌਲਤ ਵੇਖ ਕੇ ਉਹਦੀ ਇੱਜ਼ਤ ਨਹੀਂ ਸਾਨੂੰ ਕਰਨੀ ਚਾਹੀਦੀ ਸਾਡੇ ਇੱਥੇ ਬਦਕਿਸਮਤੀ ਦੇ ਨਾਲ ਸਾਡੀ ਸੁਸਾਇਟੀ 'ਚ ਸਾਡੇ ਮੁਆਸ਼ਰੇ ਦੇ ਵਿੱਚ ਕਿਸੇ ਵੀ ਬੰਦੇ ਦਾ ਮਰਤਬਾ ਉਹਦਾ ਮਕਾਮ ਅਸੀਂ ਪੈਰਾਮੀਟਰ ਇਹ ਰੱਖਿਆ ਹੈ ਕਿ ਇਹਦੇ ਕੋ ਗੱਡੀ ਕਿੱਡੀ ਵੱਡੀ ਹੈ ਕਿੱਡੀ ਕੀਮਤੀ ਗੱਡੀ ਦਾ ਇਹ ਮਾਲਕ ਹੈ ਇਹਦੀ ਜ਼ਮੀਨਾਂ ਕਿੰਨੀਆਂ ਨੇ ਇਹਦੀਆਂ ਪ੍ਰਾਪਰਟੀਆਂ ਕਿੰਨੀਆਂ ਨੇ ਇਹਦੇ ਇਮਲਾਕ ਅਸਾਸੇ ਕਿੰਨੇ ਨੇ ਦੌਲਤ ਇਹਦੇ ਕੋਲ ਕਿੰਨੀ ਕੁ ਹੈ ਉਸ ਦੇ ਮੁਕਾਬਲੇ ਤੇ ਇੱਕ ਗਰੀਬ ਬੰਦਾ ਇੱਕ ਅਜਿਹੇ ਬੰਦਾ ਜਿਹੜਾ ਸਫੈਦ ਪੋਸ਼ਾ ਆਦਮੀ ਹੈ ਜਿਹੜਾ ਆਪਣਾ ਗੁਜ਼ਾਰਾ ਪਿਆ ਕਰਦਾ ਉਹ ਜਿੰਨਾ ਮਰਜ਼ੀ ilm ਵਾਲਾ ਹੈ ਜਿੰਨਾ ਮਰਜ਼ੀ ਹਕਮਤੋ دانش ਦਾ مالک ਹੈ ਅਸੀਂ ਉਹਦਾ ਉਹ ਮਕਾਮ ਨਹੀਂ ਮਿੱਥਦੇ ਜਿਹੜਾ ਇੱਕ ਅਨਪੜ ਧਨਵਾਨ ਦਾ ਸੀ ਮਕਾਮ ਤੇ ਮਰਤਬਾ ਸਮਝਨੇ ਪਿਆਰਿਓ ਤਨਵਾਨ ਤੇ ਮੰਨ ਲਓ ਦੌਲਤ ਵਾਲਾ ਭਾਵੇਂ ਚਿੱਟਾ ਅਨਪੜ ਹੋਵੇ ਉਹਨੂੰ ਕੋਈ ਆਦਾਬ ਨਾ ਹੁੰਦੇ ਹੋਣ ਕਿਸੇ ਗੱਲ ਦਾ ਉਹਨੂੰ ਸਲੀਕਾ ਨਾ ਹੋਵੇ ਇਸ ਦੇ ਬਾਵਜੂਦ ਅਸੀਂ ਉਹਦੀ ਬੜੀ ਇੱਜ਼ਤ ਉਹਦਾ ਬੜਾ ਮਰਤਬਾ ਬੜਾ ਮਕਾਮ ਸਮਝਨੇ ਆ ਪਿਆਰੇ ਨਬੀ ਪਾਕ ਜਿਹੜੇ ਕਿ ਕਾਇਨਾਤਾਂ ਦੇ ਹਾਕਮ ਸਨ ਸਰਦਾਰ ਸਨ ਆਪ ਸੱਚੇ ਸਾਹਿਬ ਇਸ ਤਰ੍ਹਾਂ ਨਹੀਂ ਸਨ ਸੋਚਦੇ ਆਪ ਦੇ ਮੁਕੱਦਸ ਵਰਤਾਰੇ ਦੇ ਵਿੱਚ ਗੁਰਬਾਦਾਂ ਮਸਾਕੀਨ ਦਾ ਅੱਲਾਹ ਪਾਕ ਦੇ ਮਾੜਿਆਂ ਜੀਆਂ ਦਾ ਬਹੁਤ ਵੱਡਾ ਮੁਕਾਮ ਸੀ ਪਿਆਰਿਓ حضرت ਉਸਾਮਾ ਬਿਨ ਜ਼ੈਦ ਫਰਮਾਉਂਦੇ ਨੇ ਭਈ ਪਿਆਰੇ ਨਬੀ ਪਾਕ ਸੱਚੇ ਸਾਹਿਬ ਹੁਰਾਂ فرمایا ਭਈ ਮੈਂ ਜੰਨਤ ਦੇ ਦਰਵਾਜ਼ੇ ਦੇ ਵਿੱਚ ਖਲੋ ਕੇ ਵੇਖਿਆ ਤੇ ਮੈਨੂੰ ਜੰਨਤ ਦੇ ਵਿੱਚ ਜ਼ਿਆਦਾਤਰ ਤਾਦਾਦ ਮਸਾਕੀਨ ਦੀ ਨਜ਼ਰ ਆਈ। ਯਾਨੀ ਜੰਨਤ ਦੇ ਵਿੱਚ ਕਸਰਤ ਦੇ ਵਿੱਚ ਮਸਾਕੀਨ ਨਬੀ پاک ਸੱਚੇ ਸਾਹਿਬ ਨੇ ਵੇਖੇ। ਪਿਆਰਿਓ ਪਿਆਰੇ ਨਬੀ پاک ਮਾੜਿਆਂ ਨਾਲ ਗਰੀਬਾਂ ਨਾਲ ਤਬਕਾਤੀ ਤਫਰੀਕ ਨਾਂ ਦੀ ਜਿਹੜੀ ਗੱਲ ਹੈ ਨਾ ਜੀ ਇਹ ਟਰਮ ਜਿਹੜੀ ਹੈ ਇਹਨੂੰ ਤੇ ਮੇਰੇ ਹੱਕਾਂ ਨੇ ਯਕਸਰ ਮਿਟਾ ਦਿੱਤਾ ਹੋਇਆ ਸੀ ਇਹ ਸਾਡੇ ਮੁਆਸ਼ਰਿਆਂ ਦੇ ਵਿੱਚ ਹੀ ਏ ਭਈ ਇਹ ਚੌਧਰੀ ਏ ਇਹ ਕੰਮੀ ਏ ਇਹ ਜਨਾਬ ਐਮ ਐਨ ਐ ਸਾਹਿਬ ਨੇ ਇਹ ਮਾੜਾ ਗਰੀਬ ਵੋਟਰ ਏ ਇਹ ਮਸਕੀਨ ਏ ਇਹ ਮਤਮਵਲ ਏ ਇਹ ਸਾਡੇ ਮੁਆਸ਼ਰੇ ਦੇ ਵਿੱਚ ਸਾਡੀ ਸੁਸਾਇਟੀ ਦੇ ਵਿੱਚ ਇਹ ਤਬਕਾਤੀ ਤਫਰੀਕ ਏ ਸਬਕਿਆਂ ਦੇ ਵਿੱਚ ਅਸੀਂ ਉੱਚੀਆਂ ਨੀਵਿਆਂ ਦੇ ਵਿੱਚ ਸਾਂ ਵੰਡਿਆ ਆਇਆ ਹੈ ਇਨਸਾਨਾਂ ਨੂੰ ਪਿਆਰਿਓ ਪਿਆਰੇ ਨਬੀ ਪਾਕ ਤੇ ਇਹ ਫਰਮਾਉਂਦੇ ਸਨ ਉਥੇ ਅਮਲਾਂ ਦੇ ਹੋਣੇ ਨੇ ਨਬੇੜੇ ਕਿਸੇ ਨਹੀਂ ਤੇਰੀ ਜ਼ਾਤ ਪੁੱਛਣੀ ਕਿਸੇ ਨਹੀਂ ਵੇਖਣਾ ਕਿ ਤੂੰ ਚੌਧਰੀ ਹੈਂ ਤੂੰ ਜੱਟ ਹੈਂ ਤੇ ਇਹ ਗਰੀਬ ਹੈ ਇਹ ਮੋਚੀ ਤੋਂ ਵੀ ਨਾਈ ਜਿਹਨੂੰ ਅਸੀਂ ਕਮੀ ਕਹਿੰਨੇ ਆ ਹਾਲਾਂਕਿ ਕਮੀ ਕੋਈ ਨਹੀਂ ਹੁੰਦਾ ਪੰਜਾਬੀ ਦੇ ਇੱਕ ਬੜੇ ਹੀ ਪਿਆਰੇ ਸ਼ਾਇਰ ਨੇ ਇਸ ਤਰ੍ਹਾਂ ਲਿਖਿਆ ਸੀ ਕਿ ਕਮੀ ਕੰਮ ਦਾ ਨਾਂ ਐ ਜ਼ਾਤ ਕੋਈ ਨਹੀਂ ਆਪਣੋ ਆਪਣੇ ਕੰਮ ਦੇ ਨੇ ਸਭ ਕਮੀ ਤੇਰਾ ਮੈਂ ਕਮੀ ਮੇਰਾ ਤੂੰ ਕਮੀ ਘੋਟਣ ਚੌਧਰੀਆਂ ਦੇ ਇਥੇ ਭੱਬ ਕਮੀ ਤੇ ਜਿਹੜਾ ਸਭ ਦੇ ਕੰਮ ਸਵਾਰਦਾ ਏ ਸਭ ਤੋਂ ਵੱਡਾ ਤੇ ਵੇ ਫਿਰ ਰੱਬ ਕਮੀ ਯਾਨੀ ਅੱਲਾ ਪਾਕ ਸੱਚਾ ਸਾਹਿਬ ਤੇ ਸਭ ਦੇ ਕੰਮ ਸੁਆਰਦਾ ਹੈ ਤੇ ਅੱਲਾ ਪਾਕ ਤੋਂ ਵੱਡਾ ਕਾਮਾ ਕਿਹੜਾ ਹੋਇਆ ਕਾਮਾ ਕੰਮ ਕਰਨ ਵਾਲੇ ਦਾ ਨਾ ਹੈ ਕੰਮ ਮੈਂ ਵੀ ਕਰ ਸਕਣਾ ਤੁਸੀਂ ਵੀ ਕਰ ਸਕਦੇ ਹੋ ਚੌਧਰੀ ਵੀ ਕਰ ਸਕਦਾ ਮਾੜਾ ਵੀ ਕਰ ਸਕਦਾ ਪਿਆਰੇ ਨਬੀ ਪਾਕ ਆਪਣੇ ਸਾਰੇ ਕੰਮ ਹੱਥੀਂ ਕੀਤੇ ਬੀਬੀ ਪਾਕ ਆਇਸ਼ਾ ਫਰਮਾਨੀਆਂ ਨੇ ਕਿ ਨਬੀ ਪਾਕ ਘਰ ਦੇ ਬਹੁਤ ਸਾਰੇ ਕੰਮ ਹੱਥੀਂ ਕਰਦੇ ਸਨ ਬਲਕਿ ਸਾਡੇ ਕੰਮਾਂ ਦੇ ਵਿੱਚ ਵੀ ਸਾਡੀ ਮਦਦ ਤੇ ਮੁਆਵਨਤ ਫਰਮਾ ਦਿੰਦੇ ਹੁੰਦੇ ਸਨ ਪਿਆਰਿਓ ਪਿਆਰੇ ਨਬੀ ਪਾਕ ਇਸ ਤਰ੍ਹਾਂ ਗਰੀਬਾਂ ਤੇ ਮਹਿਰੂਮਾਂ ਦੇ ਨਾਲ ਵੀ ਮਿਲਦੇ ਸਨ ਵੀ ਉਹਨਾਂ ਨੂੰ ਅਹਿਸਾਸ ਹੀ ਨਹੀਂ ਸੀ ਹੋਣ ਦਿੰਦੇ ਸੱਚੇ ਸਾਹਿਬ ਦਾ ਵਰਤਾਰਾ ਏਡਾ ਪਿਆਰਾ ਹੁੰਦਾ ਸੀ ਪਈ ਅਗਲੇ ਨੂੰ ਇਹ ਸਾਹ ਸੀ ਨਹੀਂ ਸੀ ਆਪ ਸਰਕਾਰ ਹੋਣ ਦਿੰਦੇ ਪਈ ਤੂੰ ਗਰੀਬ ਐ ਵੇਖੋ ਨਾ ਇੱਕ ਮਾੜਾ ਇੱਕ ਗਰੀਬ ਐ ਉਹਦੇ ਲਿਬਾਸ ਤੋਂ ਉਹਦੀ ਤਰਾਸ਼ ਖਰਾਸ਼ ਤੋਂ ਉਹਦੇ ਅੰਦਾਜ਼ ਤੋਂ ਪਤਾ ਲੱਗ ਜਾਂਦਾ ਹੈ ਮੁਫਲਿਸ ਜਿਹੜਾ ਹੈ ਉਫਲਾਸ ਉਹਦੀ ਸ਼ਖਸੀਅਤ ਦੇ ਵਿੱਚੋਂ ਟਪਕ ਰਹੀ ਹੁੰਦੀ ਹੈ ਝਲਕ ਰਹੀ ਹੁੰਦੀ ਹੈ ਸਾਹਮਣੇ ਵਹਿੰਦਿਆਂ ਹੋਇਆਂ ਵੀ ਮੇਰੀ ਸਰਕਾਰ ਕਿਸੇ ਨਾਲ ਅਜਿਹੇ ਵਰਤਾਰਾ ਨਹੀਂ ਕਰਨ ਦੇ ਉਹਨੂੰ ਇਹ ਸਾਬਤ ਹੀ ਨਹੀਂ ਸਨ ਹੋਣ ਦਿੰਦੇ ਕਿ ਤੂੰ ਆਮ ਲੋਕਾਂ ਨਾਲੋਂ ਮਾੜਾ ਹੈ ਜਾਂ ਗਰੀਬ ਹੈ ਜਾਂ ਤੇਰੇ ਕੋਲ ਮਾਲ ਦੌਲਤ ਘੱਟ ਹੈ ਜਾਂ ਤੇਰੀ ਹਾਲਤ ਖਸਤ ਹੈ ਜਾਂ ਤੂੰ ਫਾਕਾ ਕਸ਼ੀਦਾ ਸ਼ਿਕਾਰ ਹੈ ਜਿਸ ਤਰ੍ਹਾਂ ਇੱਕ ਵੱਡੇ ਸਾਹਿਬ-ਏ-ਜਾਹਦ ਨਾਲ ਆਪ ਮਿਲਦੇ ਸਨ ਆਪ ਸਰਕਾਰ ਦੇ ਅਸਹਾਬ ਦੇ ਵਿੱਚ بڑے بڑے ਸਾਹਿਬਾਨੇ ਹਸ਼ਮਤ ਵੀ ਸਨ ਬੜੇ ਬੜੇ ਸਰਦਾਰ ਆਨੇ ਕੁਰੈਸ਼ ਵੀ ਸਨ ਜਿਹੜੇ ਆਪ ਸਰਕਾਰ ਤੇ ਈਮਾਨ ਲਿਆਏ ਹੋਏ ਸਨ ਬੜੇ ਬੜੇ ਆਲੀ ਨਸਬ ਲੋਕ ਵੀ ਸਨ ਜਿਸ ਤਰ੍ਹਾਂ ਆਪ ਉਹਨਾਂ ਦੇ ਨਾਲ ਮਿਲਦੇ ਸਨ ਉਸੇ ਤਰ੍ਹਾਂ ਹੀ ਬਲਕਿ ਉਹਨਾਂ ਤੋਂ ਵੱਧ ਕੇ ਆਪ ਦਾ ਗਰੀਬਾਂ ਤੇ ਮਸਕੀਨਾਂ ਦੇ ਨਾਲ ਵਰਤਾਰਾ ਹੁੰਦਾ ਸੀ ਪਿਆਰੇ ਉਹ ਮਾਰੂਫ ਸਹਾਬੀ حضرت ਸਾਦ ਬਿਨ ਅਬੀ ਵਕਾਸ ਉਹਨਾਂ ਦੇ ਮਿਜ਼ਾਜ ਦੇ ਵਿੱਚ ਨਾ ਕਿਸੇ ਕਦਰ ਥੋੜੀ ਬਹੁਤੀ ਤਾਂ ਅੱਲਾ ਸੀ ਯਾਨੀ ਆਲੀ ਮਿਜ਼ਾਜ ਸਨ ਆਪਣੇ ਆਪ ਨੂੰ ਮਾਰਿਆਂ ਦੁਬੜਿਆਂ ਗਰੀਬਾਂ ਮਸਕੀਨਾਂ ਤੋਂ ਨਾ ਜ਼ਰਾ ਬਾਲਾਤਰ ਸਮਝਦੇ ਸਨ ਪਿਆਰੇ ਨਬੀ ਪਾਕ ਨੇ ਆਪ ਦਾ ਇਹ ਅੰਦਾਜ਼ ਮੁਲਾਹਾਜ਼ਾ ਕੀਤਾ ਤੇ ਆਪ ਨੂੰ ਫਰਮਾਇਆ ਕਿ ਸਾਦ ਗਰੀਬਾਂ ਤੋਂ ਆਪਣੇ ਆਪ ਨੂੰ ਇਮਤਿਆਜ਼ੀ ਹਸિયਤ ਨਾ ਦਿਆ ਕਰ ਮਮਤਾਜ਼ ਨਾ ਸਮਝਿਆ ਕਰ ਇਹ ਜਿਹੜੀ ਨੁਸਰਤ ਇਹ ਜਿਹੜੀ ਫਤਿਹ ਇਹ ਜਿਹੜੀ ਰੋਜ਼ੀ ਸਾਨੂੰ ਮਿਲਦੀ ਹੈ ਨਾ ਇਹਨਾਂ ਗਰੀਬਾਂ ਦੀ ਵਜਨ ਨਾਲ ਹੀ ਮਿਲਦੀ ਹੈ ਪਿਆਰਿਓ ਇੱਕ ਦਿਨ ਪਿਆਰੇ ਨਬੀ پاک ਨੇ ਅਸਹਾਬ ਨੂੰ ਫਰਮਾਇਆ ਕਿ ਤੁਹਾਨੂੰ ਮੈਂ ਜੰਨਤੀਆਂ ਦਾ ਤੇ ਦੋਜ਼ਖੀਆਂ ਦਾ ਫਰਕ ਨਾ ਦੱਸਾਂ ਅਸਹਾਬ ਨੇ ਸਾਰਿਆਂ ਇਕ ਜ਼ੁਬਾਨ ਹੋ ਕੇ ਆਖਿਆ ਕਿ ਅੱਗੇ ਸਰਕਾਰ ਜ਼ਰੂਰ ਦੱਸੋ ਫਰਮਾਓ ਤੇ ਪਿਆਰੇ ਨਬੀ پاک ਅੱਗੋਂ ਆਖਿਆ ਅੱਗੋਂ ਪ੍ਰਤਾਵਾ ਦਿੱਤਾ ਹਜ਼ੂਰ پاک ਫਰਮਾਇਆ ਅਜੇ ਗਰੀਬ ਮਸਕੀਨ ਮਹਿਰੂਮ شریف ਜਿਨ੍ਹਾਂ ਨੂੰ ਲੋਕੀ ਜ਼ਲੀਲ ਸਮਝਦੇ ਨੇ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਅਗਰ ਉਹ ਅੱਲਾ ਪਾਕ ਸੱਚੇ ਸਾਹਿਬ ਦੀ ਕਸਮ ਖਾ ਲੈਣ ਤੇ ਅੱਲਾ ਪਾਕ ਸੱਚਾ ਸਾਹਿਬ ਉਹਨਾਂ ਦੀ ਕਸਮ ਪੂਰੀ ਕਰ ਦੇਵੇ ਅੱਲਾ ਪਾਕ ਦੇ ਹਜ਼ੂਰ ਉਹਨਾਂ ਦਾ ਇਹ ਮੁਕਾਮ ਹੈ ਜਿਨ੍ਹਾਂ ਨੂੰ ਤੁਸੀਂ ਹੀਚ ਸਮਝਦੇ ਹੋ ਕਮ ਤਰ ਸਮਝਦੇ ਹੋ ਘਟਿਆ ਸਮਝਦੇ ਹੋ ਵੀ ਉਹ ਗਰੀਬ ਨੇ ਮਾੜੇ ਨੇ ਮਫਲੂਕੁਲ ਹਾਲ ਨੇ ਪੱਲੇ ਕੱਖ ਨਹੀਂ ਤੁਹਾਡੀਆਂ ਨਜ਼ਰਾਂ 'ਚ ਜਿਹੜੇ ਜ਼ਲੀਲ ਨੇ ਹਕੀਰ ਨੇ ਹੀਚ ਨੇ ਅੱਲਾ ਪਾਕ ਸੱਚੇ ਸਾਹਿਬ ਦੇ ਹਾਂ ਉਹਦੇ ਹਜ਼ੂਰ ਉਹਨਾਂ ਦਾ ਇਹ ਮਕਾਮ ਹੈ ਕਿ ਕਦੀ ਅੱਲਾ ਸੱਚੇ ਦੀ ਕਸਮ ਖਾ ਬੈਨ ਤੇ ਮੇਰਾ ਰੱਬ ਉਹਨਾਂ ਦੀ ਕਸਮ ਸੱਚੀ ਕਰ ਦੇਵੇ ਤੇ ਪਿਆਰਿਓ ਦੋਜ਼ਖੀਓ ਨੇ ਨਬੀ ਪਾਕ فرمایا ਜਿਹੜੇ ਮਤਕਬਰ ਨੇ ਜਿਹੜੇ ਆਪਣੀ ਮਾਲ ਉਹ ਦੌਲਤ ਦੇ ਉੱਤੇ ਮਾਨ ਕਰਦੇ ਨੇ ਬਖੀਲ ਨੇ ਕੰਜੂਸ ਨੇ ਅੱਲਾਹ ਦੀ ਰਾਹ ਵਿੱਚ ਮਾਲ ਨਹੀਂ ਦਿੰਦੇ ਮਾੜਿਆਂ ਨੂੰ ਹੀਚ ਸਮਝਦੇ ਨੇ ਖੁਦ ਨੂੰ ਮਮਤਾਜ਼ ਸਮਝਦੇ ਨੇ ਅਜਿਹੇ ਲੋਕ ਮਤਕਬਰ ਉਹ ਦੋਜ਼ਖੀ ਨੇ ਜੰਨਤ ਦੇ ਵਿੱਚ ਕਦੀ ਨਹੀਂ ਜਾ ਸਕਦੇ ਪਿਆਰਿਓ حضرت ਉਮਰੂ ਬਿਨ ਅਲ ਆਸ ਦੇ ਬੇਟੇ حضرت ਅਬਦੁੱਲਾ ਫਰਮਾਉਂਦੇ ਨੇ ਕਿ ਇੱਕ ਦਿਨ ਮੈਂ ਮਸਜਿਦ ਨਬਵੀ ਦੇ ਵਿੱਚ ਬੈਠਾ ਹੋਇਆ ਸਾਂ ਤੇ ਮਸਜਿਦ ਨਬਵੀ ਦੇ ਵਿੱਚ ਹੀ ਕੁਝ ਗਰੀਬ ਮਹਾਜਰ ਫੁਕਾਰਾ ਮਸਾਕੀਨ ਵੀ ਇੱਕ ਕੋਨੇ ਵੱਲ ਹਲਕਾ ਬਣਾ ਕੇ ਦਾਇਰਾ ਬਣਾ ਕੇ ਤੇ ਬੈਠੇ ਸਨ ਇਚਰਾ ਨੂੰ ਪਿਆਰੇ ਨਬੀ ਪਾਕ ਸੱਚੇ ਸਾਹਿਬ ਮਸਜਿਦ ਨਬਵੀ ਦੇ ਵਿੱਚ ਤਸ਼ਰੀਫ ਲਿਆਏ ਤੇ ਆ ਕੇ ਸਿੱਧੇ ਉਹ ਗੁਰਾਬਾ ਤੇ ਉਹ ਮਸਾਕੀਨ ਜਿੱਥੇ ਹਲਕਾ ਬਨ ਕੇ ਬੈਠੇ ਸਨ ਆਪ ਸਰਕਾਰ ਜਾ ਕੇ ਉਹਨਾਂ ਦੇ ਵਿੱਚ ਤਸ਼ਰੀਫ ਫਰਮਾ ਹੋ ਗਏ ਅਬਦੁੱਲਾ ਬਿਨ ਉਮਰੂ ਬਿਨ ਲਾਸ ਫਰਮਾਉਂਦੇ ਨੇ ਕਿ ਮੈਂ ਵੀ ਉੱਠ ਕੇ ਤੇ ਜਾ ਕੇ ਤੇ ਪਿਆਰੇ ਨਬੀ ਪਾਕ ਦੇ ਕੋਲ ਉਹ ਨਈ ਮਸਾਕੀਨ ਦੇ ਗੁਰਬਾਦ ਹਲਕੇ ਦੇ ਵਿੱਚ ਜਾ ਕੇ ਬਹਿ ਗਿਆ ਤੇ ਪਿਆਰੇ ਨਬੀ پاک ਨੇ ਉਹਨਾਂ ਮਸਕੀਨਾ ਗਰੀਬਾਂ ਨੂੰ ਵੇਖ ਕੇ ਆਖਿਆ ਅੱਜ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਨਾ ਸੁਣਾਵਾਂ ਉਹ ਸਾਰੇ ਵਿਚਾਰੇ ਫਾਕਾ ਮਸਤ ਉਹਨਾਂ ਦੇ ਚਿਹਰੇ ਖੇਲ ਉੱਠੇ ਕਿ ਪਿਆਰੇ ਨਬੀ پاک ਸਾਨੂੰ ਪਤਾ ਨਹੀਂ ਕਿਹੜੀ ਉਹਨਾਂ ਖੁਸ਼ਖਬਰੀ ਸੁਣਾਉਣ ਲੱਗੇ ਨੇ ਕੋਈ ਚੰਗੀ ਗੱਲ ਮੇਰੀ ਸਰਕਾਰ ਦੱਸਣ सारे मतवजो हो गए आप सरकार वाल आपने फरमाया कि बिछारत है तू तो सारू कि जेडे मसाकीन तुरा बाओ चाली साल पहले मेरी उम्मत के धनवाना नालों चालीस साल पहले तुम जन्नत जाओगे तो हज़रत अब्दुल्ला फरमाते हैं कि सारे इंतहाई खुश हो गए दुनिया दिया ਮੁਸੀਬਤਾਂ ਔਕੜਾਂ ਪਰੇਸ਼ਾਨੀਆਂ ਭੁੱਲ ਗਈਆਂ ਕਿ ਪਿਆਰੇ ਅੱਲਾਹ ਪਾਕ ਸੱਚੇ ਸਾਹਿਬ ਦੇ ਕੋਲ 40 ਵਰੇ ਪਹਿਲੇ ਧਨਵਾਨਾਂ ਨਾਲੋਂ ਅਸੀਂ ਜਾ ਪੁੱਜਾਂਗੇ ਪਿਆਰੇ ਵੇਖਣ ਵਾਲਿਓ ਪਿਆਰੇ ਨਬੀ ਪਾਕ ਸੱਚੇ ਸਾਹਿਬ ਦੀ ਸ਼ਾਨ ਬਿਆਨ ਕਰਨ ਦੇ ਵਾਸਤੇ ਲਾਹ ਮਹਦੂਦ ਵਕਤ ਚਾਹੀਦਾ ਤੇ ਕਈ ਜ਼ਿੰਦਗੀਆਂ ਦਰਕਾਰ ਨੇ ਐਵੇਂ ਤੇ ਨਹੀਂ ਸੀ ਨਾ ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਸਰਕਾਰ ਫਰਮਾਇਆ ਪਈ ਸ਼ਦਾਂ ਮਦਾਂ ਤੇ ਜ਼ੇਰਾ ਜ਼ਵਰਾ ਸ਼ਾਨ ਤੇਰੀ ਵਿੱਚ ਆਈਆਂ ਤੇ ਬੇਖਬਰਾਂ ਨੂੰ ਖਬਰ ਨਾ ਕਾਈ ਖਾਸਾਂ ਰਮਜ਼ਾਂ ਪਾਈਆਂ ਪਿਆਰਿਓ ਪਿਆਰੇ ਨਬੀ پاک ਦੀਆਂ ਮਿੱਠੜੀਆਂ ਤੇ ਮਨ ਠਾਰ ਬਾਕੀ ਗੱਲਾਂ ਇਨਸ਼ਾਅੱਲਾ ਆਪਣੀ ਅਗਲੀ ਨਿਸ਼ੀਸਤ ਦੇ ਵਿੱਚ ਤਹਾਡੇ ਹਜ਼ੂਰ ਪੇਸ਼ ਕਰਾਂਗੇ ਹੁਣ ਸਾਨੂੰ ਦਿਓ ਇਜਾਜ਼ਤ ਰੱਬ ਰਾਖਾ ਤੇ ਅੱਲਾ ਬੇਲੀ ਓ ਚੱਲ ਰੌਣਕ ਹੋ ਜਾਊ ਚਾਟ